ਕਾਦੀਆ ਦੇ ਮਹੱਲਾ ਧਰਮਪੁਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰੀ ਵੀ ਕਰ ਲਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਆਰੋਪੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਦਾ ਇਸ ਕੁੱਟਮਾਰ ਦੇ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਉਹਨਾਂ ਤੇ ਝੂਠੇ ਮਾਮਲੇ ਦਰਜ ਕੀਤੇ ਗਏ ਹਨ। ਗੁਰਦਾਸਪੁਰ ਤੋਂ ਲਾਪਰਤ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਮੋਨਿਕਾ ਜੀ, ਮੈਂ ਤਰਸੇਮ ਕੁਮਾਰ ਦੀ ਵਾਈਫ ਹਾਂ। ਮੈਂ ਇੱਥੇ ਆਪਣੇ ਘਰ ਰਹਿੰਦੀ ਹਾਂ, ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਿੜ ਕੇ ਜਾਂਦਾ। 2 ਸਾਲ ਹੋ ਗਏ ਮੇਰੇ ਹਸਬੈਂਡ ਦਾ ਟਰਾਂਸਪਲਾਂਟ ਹੋਇਆ, ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੈਂਡ ਨੂੰ। ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾਂ ਬਲੋਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚਲੀ ਗਈ ਹੈ। ਪਹਿਲਾਂ ਮੈਂ ਆਪੇ ਕੰਮ ਕਰਦੀ ਸੀ, ਪਾਣੀ ਕੱਢ ਦਿੰਦੀ ਸੀ, ਹੁਣ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਤੇ ਮੈਂ ਕੰਮਾਂ ਵਾਲੀਆਂ ਲਾਈਆਂ, ਕੰਮਾਂ ਵਾਲੀਆਂ ਕਦੀ ਪਾਣੀ ਕੱਢ ਦਿੰਦੀਆਂ ਕਦੀ ਨਹੀਂ ਕੱਢਦੀਆਂ। ਮੈਨੂੰ ਕਹਿੰਦਾ ਤੇਰੇ ਕੋਲੋਂ ਹੁੰਦਾ ਠੀਕ ਹੈ, ਨਹੀਂ ਹੁੰਦਾ ਤੇ ਘਰ ਚੁੱਕ ਕੇ ਇੱਥੋਂ ਦੌੜ ਜਾ। ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ। ਮੈਂ ਘਰ ਚੁੱਕ ਕੇ ਮੈਂ ਕਿੱਥੇ ਦੌੜ ਜਾ, ਮੇਰੇ ਨਾਲ ਬੈਸੋ ਬੈਸੀ ਕੀਤੀ ਹੈ ਇਹਨੇ, ਬੜੀ ਬੋਲਿਆ ਬੜਾ ਵਾ। ਮੇਰੇ ਹਸਬੈਂਡ ਆਏ ਆ, ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ। ਉਹ ਦੁਕਾਨ ਤੋਂ ਆਇਆ, ਇੱਥੇ ਖੜਾ ਸੀ, ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ, ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫਿਰ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬਣਦਾ ਵਾ, ਆ ਕੇ ਤੇ ਮੈਨੂੰ ਮਾਰੋ, ਇਹ ਤੁਹਾਨੂੰ ਹੁਣ ਮੈਂ ਸਵਾਦ ਦੱਸਾਂਗਾ। ਇਹ ਕੁਛ ਇਹਨੇ ਸਾਡੇ ਨਾਲ ਕੀਤਾ ਹੈ। ਅਸੀਂ ਹਰਾਸ਼ਮੈਂਟ ਜਰਨ ਦੇ ਨਹੀਂ ਹੈਗੇ। ਮੇਰਾ ਹਸਬੈਂਡ ਘੰਟੇ ਘੰਟੇ ਬਾਅਦ ਦਵਾਈਆਂ ਖਾਂਦਾ, ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਗਲੀ ਮਹੱਲੇ ਵਾਲੇ ਇਹਨੂੰ ਪਾਣੀ ਦਿੰਦੇ, ਗਲੀ ਮਹੱਲੇ ਵਾਲੇ ਸਾਡੇ ਕੋਲ ਮੰਗ ਮੰਗ ਚਾਹਵਾਂ ਪੀਂਦਾ, ਸਾਡੇ ਕੋਲ ਮੰਗ ਮੰਗ ਕੇ ਰੋਟੀ ਖਾਂਦਾ, ਪਾਣੀ ਪੀਂਦਾ, ਰੋਟੀ ਖਾਂਦਾ। ਇੱਥੇ ਇਹਨੂੰ ਉਹਦੇ ਆਪਣੇ ਮੁੰਨੂ ਪੁੱਤਰ ਕੋਈ ਨੀ ਪੁੱਛਦਾ, ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ। ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ। ਇੱਕ ਦਿਨ ਚੰਗੀ ਲੜਾਈ ਹੋਈ ਏ, ਉਹਨੇ ਛੋਟੇ ਨੇ ਫੜ ਕੇ ਚਪੇੜਾਂ ਮਾਰੀਆਂ ਤੇ ਛੋਟੀ ਅਜੇ ਵੀ ਇੱਥੇ ਪਈ ਏ, ਕਹਿੰਦਾ ਸੀ ਮੈਂ ਲੱਤਾਂ ਤੋੜ ਦੇ। ਮੇਰਾ ਆਦਮੀ ਗਿਆ ਛਡਾਉਣ, ਉਹਦੇ ਏਡਾ ਏਡਾ ਵੱਡਾ ਕੱਟ ਢਿੱਡ ਤੇ ਪ੍ਰਸ਼ਨ ਹੋਇਆ, ਉਹ ਫੇਰ ਵੀ ਇਹਨੂੰ ਜੱਫਾ ਮਾਰ ਕੇ ਤੇ ਇਹਨੂੰ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ, ਐਵੇਂ ਤੈਨੂੰ ਮਾਰ ਦੇਗਾ, ਸੱਟਾ ਮਾਰ ਦੇਗਾ ਤੇ ਕੀ ਲੈ ਗਏ ਅੰਦਰ ਤੇ ਮੁੰਡੇ ਕੋਲ ਬਚਾਇਆ। ਉਲਟਾ ਅੱਜ ਵੇਖੋ ਸਾਡੇ ਉੱਤੇ ਕੀ ਕੁਛ ਕਰਦਾ ਪਿਆ, ਉਲਟਾ ਸਾਡੇ ਤੇ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ। ਝੂਠਾ ਪਰਚਾ ਝੜਦਾ, ਤੁਹਾਡੀ ਕੀ ਸਰਕਾਰ ਤੋਂ ਮੰਗ? ਸਾਰੀ ਉਮਰ ਭਲਮਾਨ ਸੀ ਚ ਨਿਕਲ ਗਈ ਆ, ਕਦੀ ਗੱਲਬਾਤ ਇਹੋ ਜਿਹੀ ਕਦੀ ਨਾ ਮਾੜੀ ਕੀਤੀ ਨਾ ਕੁਛ। ਇਹਨੇ ਤੇ ਬਿਨਾਂ ਵਜ੍ਹਾ ਹੀ ਆ ਕੇ ਸਾਨੂੰ ਘਸੀਟ ਲਿੱਤਾ, ਆਪਣੇ ਪਾਗਲਪਨ ਚ ਸਾਨੂੰ ਘਸੀਟ ਲਿੱਤਾ। ਕੱਲ ਮਿਤੀ 13/4/24 ਨੂੰ ਥਾਣਾ ਕਾਦੀਆਂ ਦੇ ਮਹੱਲਾ ਧਰਮਪੁਰਾ ਵਿਖੇ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ। ਉਸ ਸੰਬੰਧੀ ਥਾਣੇ ਐਸਓ ਸਾਹਿਬ ਦੇ ਕੋਲ, ਬਰਿੰਦਰ ਸਿੰਘ ਹੋਰ ਕੋਲ ਇੱਕ ਨਾ ਦਰਖਾਸਤ ਮਸੂਰ ਹੋਈ ਸੀ ਅਤੇ ਐਸਓ ਸਾਹਿਬ ਨੇ ਇਸ ਤੋਂ ਤੁਰੰਤ ਕਾਰਵਾਈ ਕਰਨ ਦਿਆਂ ਹੋਇਆਂ ਉਹ ਜਿਹੜੇ ਬਜ਼ੁਰਗ ਸੀ ਮੰਗਲ ਦਾਸ ਜੀ, ਉਹਨਾਂ ਦੇ ਬਿਆਨ 'ਤੇ ਪਰਚਾ ਵੀ ਰਜਿਸਟਰ ਕੀਤਾ ਅਤੇ ਜਿਹਨਾਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਅਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਂਹ ਵੀ ਇਹੋ ਜਿਹੀ ਕੋਈ ਕਾਰਵਾਈ ਨਾ ਕਰਨ ਉਹਨਾਂ 'ਤੇ ਪਰਮਿਟੇਸ਼ਨ ਦਿੱਤਾ ਗਿਆ। ਇਸ 'ਚ ਮੈਂ ਇਹੀ ਗੱਲ ਕਹਾਂਗਾ, ਜਿਵੇਂ ਵੀਡੀਓ ਵਾਇਰਲ ਹੋਈ ਸੀ ਤੇ ਉਹ ਤੋਂ ਤੁਰੰਤ ਐਕਸ਼ਨ ਦਿੱਤਾ ਗਿਆ, ਉਹ ਤੇ ਤੁਰੰਤ ਹੀ ਕਾਰਵਾਈ ਕਰਦਿਆਂ ਉਹ ਜਿਹੜੇ ਉਹ ਬਜ਼ੁਰਗ ਨੂੰ ਇਨਸਾਫ਼ ਦਵਾਇਆ ਗਿਆ। ਉਹ ਗੁਆਂਢੀ ਆਂਢੀ ਗੁਆਂਢੀ ਸੀ, ਉਹਨਾਂ ਨੂੰ ਪਾਣੀ ਪੂਣੀ ਦਾ ਪੈਂਦਾ ਰੌਲਾ ਸੀ।
ਉਹਨੇ ਤਿੰਨ ਬੰਦੇ ਉਹਨਾਂ ਨੇ ਲਿਖਾਏ ਸੀ ਕਿ ਤਰਸੇਮ ਕੁਮਾਰ ਸੀ ਗੁਆਂਢੀ, ਇੱਕ ਉਹਨਾਂ ਦੇ ਗੁਆਂਢੀ ਉਹਦਾ ਬੇਟਾ ਸੀ ਕਰਨ, ਇੱਕ ਗੁਆਂਢੀ ਹੋਰ ਸੀ ਮੋਹਿਤ ਕੁਮਾਰ, ਸੋਰੀ ਅੰਗੂਠ ਕੁਮਾਰ ਜੀ। ਉਹਨੇ ਬੰਦੀਆਂ ਧਾਰਾਵਾਂ ਦੇ ਖਿਲਾਫ਼ ਉਹਨਾਂ ਦੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਦਾ ਇਸ ਤੋਂ ਇਲਾਵਾ ਉਹਨਾਂ ਦਾ ਪਰੰਟ ਐਕਸ਼ਨ ਵੀ ਕੀਤਾ ਗਿਆ। ਹਾਂਜੀ ਰੈਸਟ ਹੋ ਚੁੱਕਿਆ ਜੀ। ਹਮਾਰੇ ਨਵੇਂ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੇਂ ਸਵਾਗਤ ਕਰਤਾ ਹੂੰ। ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੇਂ ਕਲਾਸਿਸ 5th ਟੂ 12th ਬੋਥ ਸਕੂਲਿੰਗ ਐਂਡ ਕੋਚਿੰਗ ਕੀ ਐਡਮਿਸ਼ਨ ਓਪਨ ਹੋ ਚੁੱਕੀ ਹੈ। ਜੋ ਸਟੂਡੈਂਟਸ ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ। ਹਮਾਰੇ ਪਾਸ ਵੈਨ